ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਜਿਹੜਾ ਹੈ ਉਹ ਆ ਰਿਹਾ ਹੈਗਾ 15 ਨਵੰਬਰ ਦਾ। ਇਹਦੇ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੇ ਸੰਗਤਾਂ ਜਿਹੜੀਆਂ ਹੈਗੀਆਂ ਉਹ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ। ਜਿਵੇਂ ਕਿ ਪਹਿਲਾਂ ਵੀ ਅਸੀਂ ਵਿਆਪਕ ਪ੍ਰਬੰਧ ਕਰਦੇ ਹਾਂ ਇਹਦੇ ਬਾਰੇ, ਇਸ ਵੱਲ ਵੀ ਅਸੀਂ ਆਗਮਨ ਦਿਵਸ ਦੇ 555 ਆਗਮਨ ਦਿਵਸ ਦੇ ਗੁਰੂ ਨਾਨਕ ਦੇਵ ਜੀ ਦੇ ਵਿਆਪਕ ਪ੍ਰਬੰਧ ਜਿਹੜੇ ਹੈਗਾ ਕਪੂਰਥਲਾ ਪੁਲਿਸ ਤੋਂ ਪੰਜਾਬ ਪੁਲਿਸ ਵੱਲੋਂ ਕੀਤੇ ਆ। ਇਹਦੇ ਵਿੱਚ ਅਸੀਂ ਸਾਰੇ ਪਾਸੇ ਨਾਕਾਬੰਦੀ ਔਰ ਡਾਇਵਰਸ਼ਨ ਜਿਹੜੀਆਂ ਹੈਗੀਆਂ, ਟ੍ਰੈਫਿਕ ਮੈਨੇਜਮੈਂਟ ਜਿਹੜੀ ਹੈਗੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਜਨਤਾ ਨੂੰ ਵੀ ਅਪੀਲ ਕਰਾਂਗੇ ਕਿ ਉਹ ਜਿਹੜੀਆਂ ਟ੍ਰੈਫਿਕ ਸਾਡੀਆਂ ਡਾਇਵਰਸ਼ਨਸ ਨੇ ਔਰ ਟ੍ਰੈਫਿਕ ਦੇ ਰੂਲਸ ਨੇ ਜੋ ਅਸੀਂ ਅਪਲਾਈ ਕੀਤੇ ਹੈਗੇ ਆ ਉਹਦੀ ਪਾਲਣਾ ਕਰਨ, ਔਰ ਸੰਗਤਾਂ ਜਿਹੜੀਆਂ ਹੁੰਮ ਹੁੰਮ ਆ ਕੇ ਸਾਰੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਹੈਗੀਆਂ ਉਹ ਇੱਥੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਆ ਰਹੀ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਅਸੀਂ ਤਤਪਰ ਹੈਗੇ ਹਾਂ। ਉਹਦੇ ਲਈ ਅਸੀਂ ਵਿਆਪਕ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਹੋਏ ਨੇ। ਥੈਂਕ ਯੂ ਸਰ।